हाँ जी, सारों सत श्रीकाल जी। अजकल एक बड़ी गंभीर समस्या है, बहुत पुरानी है जी, वह हैगी लंबी हीट जी होंगी है। गावां च इस समस्या ज़्यादा देखी जाती है, पर यह समस्या मझां च भी देखी जा रही है। हुण भी पशु तीन तीन चार चार पाँच पाँच दिन तारा करता रहिंदा है, और लोग आम तौर पर इहो जिहे पशुआं नूं हारमोन दे टीके लवाउंदे रहिंदे है। और मैं देखिया भी जे तुसीं 100 पशुआं नूं भी हारमोन दे टीके लवाओगे, ਜਿਵੇਂ ਆਮ ਤੌਰ 'ਤੇ ਫੀਲਡ ਦੇ ਵਿੱਚ ਰਿਸੈਪਟਰ ਬਹੁਤ ਜ਼ਿਆਦਾ ਵਰਤਿਆ ਜਾਂਦਾ, ਹੋਰ ਵੀ ਕਈ ਕੰਪਨੀਆਂ ਦੇ ਟੀਕੇ ਵਰਤੇ ਜਾਂਦੇ ਆ, ਤਾਂ 20% ਤੋਂ ਵੱਧ ਪਸ਼ੂਆਂ ਦੇ ਵਿੱਚ ਇਹ ਹਾਰਮੋਨ ਦੇ ਰਿਜ਼ਲਟ ਨਹੀਂ ਮਿਲਦੇ, ਮਤਲਬ ਕਿ 80% ਪਸ਼ੂਆਂ 'ਚ ਤੁਹਾਨੂੰ ਇਹਦੇ ਰਿਜ਼ਲਟ ਨਹੀਂ ਮਿਲਦੇ। ਤਿੰਨ ਮੁੱਖ ਕਾਰਨ ਇਹਦੇ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਪਹਿਲਾ ਵੱਡਾ ਕਾਰਨ ਹੈ ਜਿਹੜਾ ਅਕਸਰ ਦੇਖਿਆ ਨਹੀਂ ਜਾਂਦਾ, ਜਿਹੜਾ ਅਕਸਰ ਲੋਕ ਮਤਲਬ ਕਿ ਸਮਝਦੇ ਨਹੀਂ ਹੈਗੇ, ਉਹ ਹੈਗਾ ਉੱਲੀ ਰੋਗ। ਉੱਲੀ ਰੋਗ ਤੁਹਾਡਾ ਅਚਾਰ ਤੋਂ ਵੀ ਆ ਸਕਦਾ, ਤੂੜੀ ਤੋਂ ਵੀ ਆ ਸਕਦਾ, ਫੀਡ ਤੋਂ ਵੀ ਆ ਸਕਦਾ। ਉੱਲੀ ਰੋਗ ਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਹੈ ਉਹ ਹੈਗਾ ਜਰੈਲੀਨੋਨ। ਜਰੈਲੀਨੋਨ ਜਿਹੜਾ ਹੈਗਾ ਉਹ ਈਸਟਰੋਜਨ ਦੀ ਜਿਹੜੀ ਆਪਾਂ ਕਹਿ ਦਿੰਦੇ ਐਨਾਲੋਗ ਜਾਂ ਫੋਟੋ ਕਾਪੀ ਹੁੰਦਾ, ਔਰ ਆਮ ਦੇਖੇ ਜਾਂਦੇ ਆ ਜਰੈਲੀਨੋਨ ਦੇ ਕੇਸ ਫੀਲਡ ਦੇ ਵਿੱਚ। ਜਰੈਲੀਨੋਨ ਵਾਲੇ ਜਿਹੜੇ ਪਸ਼ੂ ਹੈ ਇਹ ਬਹੁਤ ਲੰਮੀਆਂ ਤਾਰਾਂ ਦਿੰਦੇ ਰਹਿੰਦੇ ਹੈ, ਝੋਟੀਆਂ ਜਿਹੜੀਆਂ ਹੁੰਦੀਆਂ ਜੇ ਗੱਭਣ ਹੋਣ ਤਾਂ ਬਹੁਤ ਪਹਿਲਾਂ ਥਣ ਪੱਟ ਲੈਂਦੀਆਂ ਚਾਰ ਚਾਰ ਪੰਜ ਪੰਜ ਮਹੀਨੇ ਦੀਆਂ, ਬਾਅਦ 'ਚ ਤਾਰਾਂ ਦਿੰਦੀਆਂ ਰਹਿੰਦੀਆਂ। ਗੱਭਣ ਪਸ਼ੂ ਗਾਵਾਂ ਵੀ ਤਾਰਾਂ ਦਿੰਦੀਆਂ ਨੇ, ਅਤੇ ਗੱਭਣ ਹੋਣ ਤੋਂ ਬਾਅਦ ਵੀ ਤਾਰਾਂ ਦਿੰਦੀਆਂ ਰਹਿੰਦੇ ਹੈ, ਔਰ ਪਸ਼ੂ ਇਹੋ ਜਿਹੇ ਥੋੜ੍ਹਾ ਥੋੜ੍ਹਾ ਪਿੱਛਾ ਵੀ ਕੱਢਦੇ ਰਹਿੰਦੇ ਹੈਗੇ। ਇਹ ਬਹੁਤ ਗੰਭੀਰ ਸਮੱਸਿਆ ਹੈ, ਔਰ ਇਹਦਾ ਜਿਹੜਾ ਤੁਹਾਡਾ ਖੁਰਾਕੀ ਮਾਹਰ ਹੈ ਉਹਦੀ ਸਲਾਹ ਨਾਲ ਤੁਸੀਂ ਆਪਣੇ ਫਾਰਮ 'ਤੇ ਉਹਦਾ ਮਤਲਬ ਕਿ ਚੈੱਕ ਕਰਵਾ ਕੇ ਤੁਸੀਂ ਉਹਦਾ ਹੱਲ ਕਰਵਾਓ। ਅਦਰਵਾਈਜ਼ ਜੇ ਆਪਾਂ ਮੋਟਾ ਜਿਹਾ ਹੱਲ ਦੇਖੀਏ ਤਾਂ ਇਹੀ ਹੈ ਵੀ ਉੱਲੀ ਰੋਗ ਵਾਲਾ ਜਿਹੜਾ ਅਚਾਰ ਹੈ ਜਾਂ ਤੂੜੀ ਹੈ ਜਾਂ ਦਾਣਾ, ਉਹ ਘੱਟ ਤੋਂ ਘੱਟ ਪਾਓ। ਔਰ ਦੂਜੀ ਗੱਲ, ਵਧੀਆ ਕੁਆਲਿਟੀ ਦਾ ਟੋਕਸਿਨ ਬਾਈਂਡਰ ਚੰਗੀ ਮਾਤਰਾ 'ਚ, ਮਤਲਬ ਕਿ 30 ਤੋਂ 40 ਗ੍ਰਾਮ ਪ੍ਰਤੀ ਪਸ਼ੂ ਜਿਹੜਾ ਅੰਦਰ ਜਾਣਾ ਚਾਹੀਦਾ ਉਹ ਜ਼ਰੂਰ ਵਰਤੋ। ਦੂਜਾ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਅੱਜ ਕੱਲ੍ਹ ਦੇਖਿਆ ਜਾਂਦਾ, ਬਰਸੀਮ ਦੇ ਵਿੱਚ ਇੱਕ ਫੰਗਸ ਹੈ। ਦੂਜਾ ਹੈਗਾ, ਮੈਂ ਪਿਛਲੇ ਵਾਰੀ ਵੀ ਗੱਲ ਕੀਤੀ ਸੀ, ਲੋਕ ਕਈ ਵਾਰੀ ਖਲਾਂ ਦੀ ਮਾਤਰਾ ਬਹੁਤ ਜ਼ਿਆਦਾ ਵਧਾ ਦਿੰਦੇ ਆ ਸਰਦੀਆਂ 'ਚ, ਔਰ ਖਲਾਂ ਦੀ ਮਾਤਰਾ ਵਧਾਉਣ ਨਾਲ ਜਿਹੜਾ ਕੀ ਹੁੰਦਾ ਹੈ, ਖੂਨ ਦੇ ਵਿੱਚ ਯੂਰੀਆ ਵੱਧ ਜਾਂਦਾ, ਔਰ ਯੂਰੀਆ ਵਧਣ ਕਰਕੇ ਵੀ ਪਸ਼ੂ ਜਿਹੜਾ ਹੈਗਾ ਬਹੁਤ ਜ਼ਿਆਦਾ ਤੰਗ ਕਰਦਾ। ਇਹੋ ਜਿਹੇ ਪਸ਼ੂ ਗੱਭਣ ਵੀ ਨਹੀਂ ਹੁੰਦੇ, ਤਾਰਾਂ ਵੀ ਘਸਮੈਲੀਆਂ ਹੋ ਜਾਂਦੀਆਂ, ਤਾਰਾਂ ਪਸ਼ੂ ਦਿੰਦਾ ਵੀ ਵਾਰ ਵਾਰ ਰਹਿੰਦਾ। ਦੂਜੀ ਗੱਲ ਇਹ ਹੈ ਵੀ ਤਾਰਾਂ ਦਵਾਈ ਭਰਾਉਣ ਦੇ ਬਾਵਜੂਦ ਵੀ ਸਾਫ਼ ਨਹੀਂ ਹੁੰਦੀਆਂ, ਕਿਉਂਕਿ ਦਵਾਈ ਭਰਾਉਣ ਲਈ ਇਹ ਸਮੱਸਿਆ ਹੈ ਹੀ ਨਹੀਂ। ਇਹ ਤੁਸੀਂ ਇਹ ਹੁੰਦਾ ਵੀ ਤੁਸੀਂ ਇਸ ਪਸ਼ੂ ਦਾ ਪ੍ਰੋਟੀਨ ਲੈਵਲ ਘਟਾਉਣਾ ਹੁੰਦਾ, ਜਿਹੜਾ TMR ਦਾ ਪ੍ਰੋਟੀਨ ਲੈਵਲ ਉਹ ਘਟਾਉਣਾ ਹੁੰਦਾ, ਕੁੱਲ ਮਿਸ਼ਰਤ ਰਾਸ਼ਨ ਦਾ ਪ੍ਰੋਟੀਨ ਲੈਵਲ ਘਟਾਉਣਾ ਹੁੰਦਾ। ਪ੍ਰੋਟੀਨ ਲੈਵਲ ਘਟਾਏ ਬਿਨਾਂ ਇਹ ਗੱਲ ਨਹੀਂ ਬਣਨੀ ਹੈਗੀ, ਤੁਸੀਂ ਜੋ ਮਰਜ਼ੀ ਕਰੀ ਜਾਓ, ਉਹ ਤੁਹਾਡਾ ਖੁਰਾਕੀ ਮਾਹਰ ਹੈ ਜਿਹੜਾ ਉਹਦੀ ਸੈਟਿੰਗ ਕਰ ਸਕਦਾ। ਔਰ ਤੀਜਾ ਜਿਹੜਾ ਹੈਗਾ ਉਹ ਹੈਗਾ ਲਘੂ ਤੱਤਾਂ ਦੀ ਘਾਟ। 4 ਲਘੂ ਤੱਤ ਹੁੰਦੇ ਆ ਮੇਨ, ਜਿੰਕ, ਕੋਪਰ, ਕਵਾਲਟ ਅਤੇ ਮੈਗਨੀਜ਼। ਮੈਗਨੀਜ਼ ਦੀ ਘਾਟ ਵਿੱਚ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ। ਸੋ ਇਹ 3 ਚੀਜ਼ਾਂ ਜਿਹੜੀਆਂ ਹੈਗੀਆਂ, ਪਹਿਲਾ ਹੈਗਾ ਜਿਹੜੇ ਉੱਲੀ ਰੋਗ ਦੇ ਜ਼ਹਿਰੀਲੇ ਤੱਤ, ਦੂਜੇ ਨੰਬਰ 'ਤੇ ਹਾਈ ਬਲੱਡ ਯੂਰੀਆ, ਜ਼ਿਆਦਾ ਬਲੱਡ ਯੂਰੀਆ, ਔਰ ਤੀਜਾ ਦੇ ਲਘੂ ਤੱਤਾਂ ਦੀ ਘਾਟ। ਇਹ ਜਿਹੜੀਆਂ ਹੈਗੀਆਂ ਅੱਜ ਕੱਲ੍ਹ ਦੇ ਮੌਸਮ 'ਚ ਬਹੁਤ ਵੱਡੀਆਂ ਸਮੱਸਿਆਵਾਂ ਨੇ, ਔਰ ਇਹਨਾਂ ਨੂੰ ਤੁਸੀਂ ਕਿਸੇ ਵੀ ਤੀਰ ਤੁੱਕੇ ਨਾਲ ਨਹੀਂ ਹੱਲ ਕਰ ਸਕਦੇ। ਇਹ ਤਿੰਨਾਂ ਚੀਜ਼ਾਂ ਦਾ ਜੇ ਅਸੀਂ ਇਲਾਜ ਦੇਖੀਏ, ਪਹਿਲਾ ਟੋਕਸਿਨ ਬਾਈਂਡਰ ਹੈ, ਦੂਜਾ ਜਿਹੜਾ ਹੈਗਾ ਸੰਤੁਲਿਤ ਮਾਤਰਾ 'ਚ ਪ੍ਰੋਟੀਨ ਹੈ, ਤੀਜਾ ਜਿਹੜਾ ਹੈਗਾ ਮਿਨਰਲ ਮਿਕਸਚਰ ਨਾਲ ਮਸਲਾ ਨਹੀਂ ਹੱਲ ਹੁੰਦਾ, ਕਿਉਂਕਿ ਮਿਨਰਲ ਮਿਕਸਚਰ 'ਚ ਟਰੇਸ ਮਿਨਰਲ ਬਹੁਤੀਆਂ ਕੰਪਨੀਆਂ ਪੂਰੀ ਮਾਤਰਾ 'ਚ ਨਹੀਂ ਪਾਉਂਦੀਆਂ ਹੈਗੀਆਂ। ਤੁਸੀਂ ਟਰੇਸ ਮਿਨਰਲ ਜਿਹੜੇ ਹੈਗੇ, ਟਰੇਸ ਮਿਨਰਲ ਜਾਂ TMB, ਟਰੇਸ ਮਿਨਰਲ ਵਿਦ ਵਿਟਾਮਿਨ, ਕਿਸੇ ਵੀ ਚੰਗੀ ਕੰਪਨੀ ਦੇ ਤੁਸੀਂ ਉਹ ਜਿਹੜੇ ਹੈਗੇ 1 ਕਿਲੋ ਮਿਨਰਲ ਦੇ ਵਿੱਚ ਜਦੋਂ ਪਸ਼ੂਆਂ ਨੂੰ ਗੱਭਣ ਕਰਾਉਣਾ ਤਾਂ 100 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੱਕ, ਜੇ ਮੰਨ ਲਓ ਚੰਗੇ ਬਹੁਤ ਚੰਗੇ ਪਸ਼ੂ ਨੇ ਤੁਹਾਡੇ ਕੋਲ ਤਾਂ 200 ਗ੍ਰਾਮ, ਨਹੀਂ ਤਾਂ 100 ਗ੍ਰਾਮ ਤੁਸੀਂ ਪ੍ਰਤੀ ਕਿਲੋ ਮਿਨਰਲ ਮਿਕਸਚਰ ਦੇ ਵਿੱਚ ਐਕਸਟਰਾ ਲਾਓ ਤਾਂ ਗੱਲ ਬਣਨੀ ਹੈ। ਨਹੀਂ ਤਾਂ ਦੇਖੋ ਕੀ ਹੁੰਦਾ, ਅਕਸਰ ਅਸੀਂ ਪੈਸੇ ਜ਼ਿਆਦਾ ਖਰਾਬ ਕਰਦੇ ਹਾਂ, ਉਹਦੇ ਨਾਲ ਮਸਲਾ ਨਹੀਂ ਹੱਲ ਹੁੰਦਾ ਹੈਗਾ। ਬਾਕੀ ਦੇਖੋ 2 ਵਿਸ਼ੇ ਹੋਰ ਨੇ ਜਿਹੜੇ ਆਪਾਂ ਗੱਲ ਕਰਨੀ ਹੈ, ਉਹਦੇ ਬਾਰੇ ਆਪਾਂ ਅਗਲੇ ਹਫ਼ਤੇ 'ਚ ਗੱਲ ਕਰਾਂਗੇ। ਇੱਕ ਤਾਂ ਪਸ਼ੂ ਪਾਲਣ ਵਿਭਾਗ ਵੱਲੋਂ HF ਦਾ, ਜਰਸੀ ਦਾ ਅਤੇ ਮੁਰਾ ਦਾ ਸੈਕਸੀਮਨ ਆ ਗਿਆ, ਉਹ ਵੀ ਬੜੀ ਵੱਡੀ ਮਤਲਬ ਕਿ ਪਸ਼ੂ ਪਾਲਣ ਵਿਭਾਗ ਦੀ ਪ੍ਰਾਪਤੀ ਹੈ, ਔਰ ਬਹੁਤ ਹੀ ਜਾਇਜ਼ ਰੇਟ 'ਤੇ, ਮਤਲਬ ਕਿ ਬਾਜ਼ਾਰ ਨਾਲੋਂ 20-25% ਰੇਟ 'ਤੇ ਮਿਲੂਗਾ। ਔਰ ਦੂਜਾ ਹੈਗਾ ਗੱਭਣ ਦਰ ਕਿੱਦਾਂ ਵਧਾਉਣੀ। ਗੱਭਣ ਦਰ ਵਧਾਉਣ ਤੋਂ ਪਹਿਲਾਂ ਜਿਹੜਾ ਇਹ 3 ਗੱਲਾਂ ਮੈਂ ਦੱਸੀਆਂ ਅੱਜ, ਇਹ ਸਮਝਣੀਆਂ ਜ਼ਰੂਰੀ ਨੇ। ਬਾਕੀ ਠੀਕ ਹੈ ਜੀ, ਕੋਈ ਸਵਾਲ ਹੋਵੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਜਾਂ ਆਪਣੇ ਨੇੜੇ ਦਾ ਜਿਹੜਾ ਪਸ਼ੂ ਪਾਲਣ ਵਿਭਾਗ ਦਾ ਮਾਹਰ ਹੈ ਉਹਦੇ ਨਾਲ ਸੰਪਰਕ ਕਰ ਸਕਦੇ। ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।